ਆਹ ਨਹੀਂ ਲੈਂਦੀ ਪਈ ਐ ਗਰੀਬ ਦੇ ਕਰਜ਼ੇ ਤਰਾ ਸਿਰ ਤੇ ਚੜੀ ਖੜੀ ਅੰਮਾ ਅੰਮਾ ਸ਼ਾਦੀ ਤੇ ਨਹੀਂ ਜਾਵਣਾ ਸਾਰੇ ਅਗਲੇ ਗੋਸ਼ਤ ਖਾ ਕੇ ਵਗ ਜਾਸੇ ਤਾਂ ਆਪਾਂ ਪਿੱਛੋਂ ਹੱਡੀਆਂ ਖਾਣ ਜਾਵਣਾ ਔਰੰਗਜ਼ੇਬ ਤਾਂ ਲਵਾਂ ਤਾਂ ਸਪਰੇ ਕਰਨ ਗਿਆ ਹੋਇਆ ਤਾਂ ਵਗ ਚੱਲਨੇ ਆ ਕਿ ਕਾਲ ਲੱਗੀ ਖੜੀ ਜਈ ਕੋ ਸ਼ਾਦੀ ਆ ਜਾਵੇ ਤਾਂ ਸਿਰ ਤੇ ਬਾਹਰ ਰੱਖ ਲੈਣੀ ਏ ਸ਼ਾਦੀ ਕਿਹੜੀ ਰੋਜ਼ ਰੋਜ਼ ਆਉਂਦੀ ਏ ਘਰੇ ਤਾਂ ਆਪਣੇ ਗੋਸ਼ਤ ਪੱਕਦਾ ਨਹੀਂ ਚਲੋ ਸ਼ਾਦੀ ਤੇ ਬੰਦਾ ਚੰਗਾ ਚੌਸਤ ਖਾ ਲੈਂਦਾ ਹੈ ਨਾ ਆ ਜਿਹੜੀ ਤੇਰੀ ਜ਼ਬਾਨ ਦੇ ਚਸਕੋਏ ਨਾ ਸਾਡੇ ਘਰ ਦੀਆਂ ਰੜੀਆਂ ਕੱਢ ਗਏ ਰੜੀਆਂ ਕੱਢ ਗਏ ਜਦੋਂ ਮੈਂ ਪਰਨੀਕ ਆਈਆਂ ਉਸ ਤੋਂ ਪਹਿਲੇ ਦੇ ਗਾਰੀਵੇਂ ਦਾ ਰੜੀਆਂ ਨਿਕਲੀਆਂ ਹੋਈਆਂ ਜਾਣੀ ਪਰ ਮੂੰਹ ਨਾ ਮਾਰ ਸ਼ਾਦੀ ਕਿਹੜੀ ਮੁਕਤੀ ਵੇਖਣੀ ਪਉਂਦੀ ਏ ਹਜ਼ਾਰ ਰੁਪਈਆ ਦਾ ਤੇ ਨੰਦਰਾ ਪਾਵਣਾ ਪਉਂਦਾ ਉੱਥੇ ਅੰਮਾ ਜੇ ਤੂੰ 6000 ਦੀ ਰੋਟੀ ਖਾ ਜਾਨੀ ਹਜ਼ਾਰ ਨੰਦਰਾ ਪਾਵਣ ਲੱਗੇ ਤਾਂ ਮੌਤ ਪੈਂਦੀ ਪਈਏ ਮੈਂ ਕਿਹੜੀ ਗੱਲੀ ਖਾ ਜਾਨੀ ਨਾ ਤੁਸੀਂ ਵੀ ਤੌਂਦੀਆਂ ਨੇ ਖਾਵਾਂ ਵਾਲੀਆਂ ਜਾਂ ਟੇਕ ਕੇ ਬਾਹਰ ਜਾ ਕੇ ਰਮਜ਼ੀ ਆ ਜਾਂਦਾ ਚੱਲਨੇ ਆ ਟੱਕ ਬੋ ਪਰਾ ਮੈਨੂੰ ਪਤਾ ਲੱਗਾ ਖਲੋਤਾ ਇਹ ਮਾਈ ਜਿਹੜੀ ਰਮਜ਼ੀ ਦੀ ਡੀਕ ਚ ਬੈਠੀ ਹੈ ਨਾ ਇਸ ਜਾਵਣਾ ਹੀ ਕੋਈ ਨਹੀਂ ਕੌਕ ਦੀ ਰਹੋ ਜਦੋਂ ਮੈਂ ਸ਼ਾਦੀ ਵਿਆਹ ਤੇ ਜਾਣਾ ਹੁੰਦਾ ਤਿਆਰ ਹੋ ਕੇ ਉਸ ਦਿਨ ਹੀ ਮਾਈ ਜਿਹੜੀ ਮੇਰਾ ਮੂਡ ਖਰਾਬ ਕਰਦੀ ਹੈ ਓਏ ਹੋਏ ਕਿਵੇਂ ਮੂੰਹ ਠੁੱਲਾ ਕਰਕੇ ਬੈਠੀ ਹੋਈ ਐ ਮੂੰਹ ਠੁੱਲਾ ਕਰਕੇ ਬੈਠੀ ਹੋਈ ਐ ਸ਼ਾਦੀ ਤੇ ਜਾਣਾ ਹੈਗਾ ਮੈਂ ਤਿਆਰ ਹੋਏ ਤੇ ਤੇਰੇ ਮਾਂ ਪਿਆ ਦੀ ਰਮਜ਼ ਨੂੰ ਆ ਲੈਣ ਦੇ ਤੂੰ ਸਹੀ ਆਖਿਆ ਵੀ ਮੇਰੇ ਤੋਂ ਬਗੈਰ ਜਾਵਣਾ ਹੈ ਤੁਸੀਂ ਤੈਨੂੰ ਜ਼ਰੂਰਤ ਕੀ ਐ ਸਪਰੇਅ ਜਲਾਵਣ ਜਾਣਾ ਲਓ ਸਪਰੇਅ ਕਰ ਸਾਂ ਦਿਹਾੜੀ ਕਰ ਸਾਂ ਪੈਸੇ ਡਿਸਨ ਤਾਂ ਮੋੜੀ ਜਾ ਕੇ ਉੱਥੇ ਨਿਉਂਦਰਾ ਪਾਸ ਆ ਨਾ ਦਿਹਾੜੀ ਦੇ ਪੈਸੇ ਲੈ ਆਂਦੇ ਨਹੀਂ ਨਾ ਚੱਲ ਆ ਫਿਰ ਚਲੀਏ ਨਾ ਵੀ ਨਾ ਚਾਰ ਕਿਲਿਆਂ ਦਾ ਸਪਰੇਅ ਕੀਤਾ ਉਹਨਾਂ ਦਾ ਰਰਮਾ ਸਾਰਾ ਸੜ ਗਿਆ ਤੇ ਮੈਂ ਪੈਸੇ ਮੰਗਣ ਉਹਨਾਂ ਮੈਨੂੰ ਪੈਸੇ ਨਹੀਂ ਦਿੱਤੇ ਉਹਨਾਂ ਦਾ ਨਰਮਾ ਕਿ ਸੜ ਗਿਆ ਮੇਰੇ ਤਾਂ ਕਿਸਮਤ ਸੜ ਗਈ ਸ਼ਾਦੀ ਤੇ ਜਾ ਕੇ ਮੈਂ ਸ਼ਰੀਕਣੀਆਂ ਨੂੰ ਸਾੜਨਾ ਤੂੰ ਤਾਂ ਫੜ ਕੇ ਮੈਨੂੰ ਸਾੜ ਦਿੱਤਾ ਆ ਕਾਲੇ ਮੋਲੇ ਡੀਵੇ ਆ ਕੇ ਹਲਾਂਤੀਆ ਆ ਕੱਕੀ ਬਾਂਦਰੀਆ ਜਦਾਂ ਦੀ ਤੂੰ ਮੇਰੀ ਜ਼ਿੰਦਗੀ ਚ ਆਈਆਂ ਉਦੋਂ ਦਾ ਮੇਰਾ ਕੋਈ ਕੰਮ ਸਿੱਧਾ ਹੁੰਦਾ ਹੀ ਨਹੀਂ ਪਿਆ ਅੱਗੇ ਤਾਂ ਮੈਂ ਨਰਮੇ ਨੂੰ ਸਪਰੇ ਕਰਨ ਜਾਂਦਾ ਸੀ ਉਹਨਾਂ ਦਾ ਨਰਮਾ ਇੱਥੇ ਇੱਥੇ ਖਿੜਦਾ ਹੁੰਦਾ ਇੱਕ ਸਮਾਣੀ ਤਰਾ ਤਰਾ ਮਨ ਨੂੰ ਚੁੱਕ ਜਾਂਦੀ ਆਈ ਇੱਕੇ ਬੂਟੇ ਤੂੰ ਇੱਕੇ ਬੂਟੇ ਤੂੰ ਉਹ ਹੁੰਦੇ ਹੀ ਕੋਣ ਆ ਜਿਵੇਂ ਅੱਜ ਹੋਇਆ ਖਲੋ ਨਹੀਂ ਹੁੰਦੇ ਹਨ ਮੈਂ ਤਾਂ ਅੱਲਾ ਦੀ ਇਹ ਬੰਦੀ ਹੈ ਕਣਕ ਨੂੰ ਸਪਰੇ ਕਰਦਾ ਹੁੰਦਾ ਉਸ ਤੋਂ ਨਾਂ ਦੀ ਟਰਾਲੀਆਂ ਮੂੰਹ ਲਾਉਂਦੀ ਆਈ ਤੇ ਜਦੋਂ ਦੀ ਕਰਮਾ ਵਾਲੀ ਤੂੰ ਆਈ ਹੈ ਮੈਂ ਤੇ ਜਿਹੜੇ ਪਾਸੇ ਜਾਣਾ ਗੁਰਾ ਹੀ ਬੰਦ ਹੋਇਆ ਪਿਆ ਹੁੰਦਾ ਅੱਛਾ ਤੇ ਮੈਂ ਬੋਰੀ ਆ ਇਹਦੇ ਵਿੱਚ ਕੀ ਸ਼ੱਕ ਹੈ ਹਾਂ ਲਿਆ ਮੇਰੇ ਤੇ ਕਿਸਮਤ ਹੀ ਸਾੜ ਗਈ ਕਿਤੇ ਮੇਰਾ ਮਾਂ ਪਿਓ ਤੇਰੇ ਨਾਲ ਪਰਨਾ ਦਿੱਤਾ ਕਿਸੇ ਖੂਬਸੂਰਤ ਬੰਦੇ ਨਾਲ ਪਰਨਾਵੇ ਆਇਆ ਜਿੱਥੇ ਮੇਰੀ ਕਿਸਮਤ ਵੀ ਖੂਬਸੂਰਤ ਹੋਵੇ ਆਈ ਆ ਸੜੇ ਪਿਆਰਾ ਵਾਲੇ ਆ ਆ ਕਾਲੇ ਮੂੰਹ ਵਾਲੇ ਆ ਕੇ ਇਹ ਪਹਿਲੇ ਤੂੰ ਹੀ ਮੇਰੇ ਨਾਲ ਗੱਲਾਂ ਕਰਦੀ ਹੁੰਨੇ ਆਈ ਉਦੋਂ ਤਾਂ ਮੈਂ ਤੈਨੂੰ ਸ਼ਾਹਰੋ ਖਾਨ ਲੱਗਦਾ ਹੁੰਦਾ ਆਸੂ ਹੈ ਮੈਂ ਤੇਰੀ ਦਿਹਾੜੀ 'ਚ ਮੱਥੇ ਨਹੀਂ ਲੱਗਦਾ ਤੈਨੂੰ ਰੋਟੀ ਨਹੀਂ ਲੱਗਦੀ ਐ ਤੂੰ ਆਨੀ ਮੇਰੇ ਕੋਲ ਆਉਂਦਾ ਜਾਂਦਾ ਰਿਹਾ ਕੀਤਾ ਕਰੋ ਹੈ ਉਦੋਂ ਤੂੰ 100 ਸਾਲ ਦੀ ਕਾਪੀ ਸਾਵੀ ਜੇਬ ਵਿੱਚ ਰੱਖਣਾ ਹੀ ਐ ਮੈਂ ਤੇਰੇ ਪੈਸੇ ਦਾ ਆਸ਼ਕ ਆਸ ਮੈਂ ਤੇਰੇ ਦਾ ਆਸ਼ਕ ਨਹੀਂ ਆਸੂ ਐਂਦਾ ਅੱਜ ਗੱਲ ਸੱਚੀ ਮੂੰਹ ਦੇ ਵਿੱਚੋਂ ਨਿਕਲੀ ਐ ਅੱਜ ਗੱਲ ਰੜੇ ਤੇ ਚੜ ਗਈ ਐ ਹੁਣ ਮੇਰਾ ਦਿਲ ਪਿਆ ਆਂਦਾ ਆ ਮੈਂ ਸਪਰੇਅ ਦਾ ਇੱਕ ਫੁਆਰਾ ਤੇਰੇ ਤੇ ਮਾਰ ਦੇਵਾਂ ਆਦੇ ਮੂੰਹ ਤੇ ਮਾਰ ਆਦੇ ਮੂੰਹ ਤੇ ਮਾਰ ਪਈ ਹੁੰਦੀ ਐ ਇਹ ਮੂੰਹ ਤੇ ਨਾ ਮਾਰਾਂ ਮਸ਼ਵਰਾ ਸਹੀ ਦਿੱਤਾ ਏ ਮੇਰਾ ਤਾਂ ਦਿਲ ਆਂਦਾ ਪਿਆ ਮੈਂ 2 ਗਿਲਾਸ ਭਰ ਕੇ ਸਪਰੇਅ ਦੇ ਪੀ ਲਵਾਂ ਆ ਤੇਰੇ ਤੂੰ ਕਾ ਤੂੰ ਚੁੰਡ ਛੁੱਟੇ ਮੇਰੀ ਰੋਜ਼ ਦਾ ਅਜ਼ਾਬ ਕਿਦੇ ਹੀ ਸਾਦੀ ਕਿਦੇ ਹੀ ਢੋਲ ਵੱਜਦਾ ਪਿਆ ਹੋਵੇ ਅਗਲੇ ਸੱਦਣ ਨਾ ਸੱਦਣ ਤੂੰ ਘਰੇ ਤਿਆਰ ਹੋਈ ਬੈਠੀ ਹੋਈ ਉਹਨੇ ਤੇਰੇ ਪਿਆਵਾਂ ਦੀ ਗੱਡੀ ਆਈਆਂ ਐਵੇਂ ਨਹੀਂ ਤਿਆਰ ਹੋ ਕੇ ਬੈਠੀਆਂ ਉਹਨਾਂ ਦੀ ਗੱਡੀ ਆ ਗਈਆਂ ਉਹਨਾਂ ਗਲਤੀ ਕਰ ਛੱਡੀ ਗੱਡੀ ਗੱਲਣ ਦੀ ਤੇ ਤੂੰ ਆ ਵੇਖ ਪਠਾਣੀ ਬਣ ਕੇ ਬੈਠੀ ਹੋਈ ਹੈ ਉਹ ਤੋਂ ਸ਼ਕਲ ਵੀ ਪਠਾਣਾ ਰੰਗੀ ਹੈ ਤੈਨੂੰ ਪੀੜ ਪਾਈ ਖਲੋਤੀ ਏ ਸਾਡੇ ਘਰੇ ਚਾਹ ਤੇ ਰੋਟੀ ਨਹੀਂ ਪੱਕਦੀ ਜਦੋਂ ਤੇ ਮੈਂ ਪਰਨੀ ਕੇ ਆਈ ਆ ਅੱਛਾ ਕੰਜਰ ਖਾਣਾ ਬਣਾਈ ਬੈਠੇ ਨੇ ਤੂੰ ਤਾਂ ਇੱਥੇ ਘਰੇ ਸਾਡੇ ਭੁੱਖ ਮਰ ਗਈ ਹੈ ਨਾ ਹੈ ਕੁੜਾਬ ਲੈਂਦੀ ਪਈ ਐਂ ਤੇਰਾ ਮੂੰਹ ਹੋਇਆ ਪਿਆ ਕਦੇ ਬਦੇ ਤੇ ਤੂੰ ਫੁੱਲਦੀ ਜਾਨੀ ਆ ਭੁੱਖ ਨਾ ਫੁੱਲਦੀ ਜਾਨੀ ਫੁੱਲਦੀ ਨਹੀਂ ਜਾਨੀ ਆ ਇਹ ਫਲਾਵਟ ਆਈ ਖਲੋਤੀ ਏ ਕੁੱਤਾ ਅਗਦਾ ਨਾਲ ਨਹੀਂ ਮੈਂ ਮੋਟੀ ਹੋਈ ਜਾਨੀ ਭੁੱਖ ਨਾ ਫਲਾਵਟ ਆ ਗਈ ਹਾਂਜੀ ਅੰਮਾ ਜੀ ਮੈਂ ਪਹਿਨੇ ਕੀ ਕੰਜਰ ਖਾਣਾ ਗੱਤੇ ਕੋਲ ਵਿਆਹ ਉਹਨਾਂ ਦੇ ਘਰ ਏ ਤੇ ਕੰਜਰ ਖਾਣਾ ਤੁਸੀਂ ਘਰ ਮਚਾਈ ਬੈਠੇ ਨੇ ਇਹ ਤਾਂ ਕੰਜਰ ਖਾਣਾ ਮਚਣਾ ਹੀ ਮਚਣਾ ਹਾਂ ਜਦੋਂ ਤੂੰ ਇਹ ਹੂਰ ਲੈ ਕੇ ਆਈ ਐ ਮੁਬਾਰਕਾਂ ਦੇ ਹੱਥਾਂ ਦੇ ਨਾਲ ਇਸ ਹੂਰ ਨੇ ਇੱਥੇ ਆ ਕੇ ਹੂਰੇ ਤੇ ਚਲਾਵਣੇ ਹੀ ਚਲਾਵਣੇ ਇਹ ਬੱਚਾ ਮੁਕਾਲਾ ਮੈਂ ਨਹੀਂ ਖਟਿਆ ਇਹ ਤੂੰ ਆਪ ਖਟਿਆ ਹੈ ਤੇ ਹੁਣ ਸੋਹਣੇ ਹੂਰ ਦੀਆਂ ਗੱਲਾਂ ਮੈਂ ਕੋ ਤੇਰੀ ਮਿਹਨਤ ਨਹੀਂ ਕੀਤੀ ਐ ਇਕਰਮ ਦੇ ਮੇਰੇ ਨਾਲ ਸ਼ਾਦੀ ਕਰ ਹੁਣ ਜੇ ਮੈਂ ਤੈਨੂੰ ਬੈੜੀ ਲੱਗਦੀ ਪਈ ਆ
भैड़ी तू मैनू हुण भी कोई नहीं लगती पई है, मैं तैनू ए नहीं आंदा पर तू मैनू बुरी लगती पई है, पर कोई तमीज भी होंदी है। बंदा उत्तू थकिया हारा आउंदा है घर दे विच आके बंदा ही है तो है। को तमीज ना गल करे समान आवे बिस्मिल्ला जी बिस्मिल्ला आखे कोई पानी दाने पूछे नहीं। तू ए काम नहीं करना आंदा, तू या बंदा है उड़ के गाल लग गई हल्की बिल्ली तरह। की बिल्ली तेरी शक्ल आ गई है प्याण को चारा ने लंदे नहीं कोई ना दे ता गया ओ दसी बैठा है सुगात नु चारा ने ओना कोई नहीं दित्ते ओने दिख पान स्प्रे की ते सारे सड़ गए भोरा न होवे ता मत्ते लागे ओ स्प्रे थोड़ी जी घणी पै गई है विच पानी पावणा हुंदा है ओ पानी थोड़ा जा घट पै गया ओ ते स्प्रे लगी है तो सड़ गई सारी। शुक्र कर जेड़ा बात के तू आ गया है, अगले दिन कोट कोट के बंदर बनावेना ते साड़ देवेना तेरे सानू सुहा चावणी पवे आ। वाह वाह एडी सोहनी गल कीती मेरी मां ने, आए मेरी मां आई आए मेरी समाणी आई मेरी समाणी तू वाद के कोड़ी गल कीती जिवें दी तेरी शक्ल कोड़ी उवें दी मेरे मुंह च गल्ला कोड़ियां तेरे वास्ते निकलदियां ने। हां हां तेरी शक्ल सोहनी है, तेरी शक्ल सोनी तो गल्ला तो सोनिया करे हैं लेकिन नहीं कोड़ियां गल्ला करनी। मेरी शक्ल कोड़ी है मैं गल्ला सोनिया करना। एक है मेरे ना शुरू रही है ते उतां ठीक है लानत मैं तोड़ी धोमणी है तनु किदू उधारे फाद देवा ते शादी जाके भुगे ते लबो। एंदा मतलब है अम्मा तू शादी ते कोई नहीं जाऊं है जे मैनू तुसी नाल ला के वाग गए ते मैं वाग जा साऊं तो उठी खलोबो। अम्मा तू तो साडे तू अग्गे होंदी होनी है आज की मैं दिल्ली पाई खड़ती है तो मैं दामू दा तो सही है आ जे तेरे हूरे ना है मैं रजाई बैठी है गल्ला कर कर के। अम्मा तैनू तो पता ही है इनू मुंह मारण दी आदत है इमे समझिया के भाई। हां चल उठा उठी समझ तो गई हो से बकवास ने कर बकवास ने कर लड़ो ना अगू पाछा अगर शादी वाले घर दे विच भी असी जाके आ लड़ाई पा निकलो निकलो वालेकुम सलाम की हाल ने रमजी भरा ठीक है शुक्र और बढ़िया मकीना है ते माल मूल रखी फिरना है ते और शुक्र अल्लाह पाक दा राती एक फंक्शन गया एक डीजी वच्छी मन्नो वाह भाई वाह त्या एक पहले डीजी आई त्या 30,000 दी लई है माशाल्लाह भी हुण होई खलोती मेरे नाल ते तू चंगा इतना माल डंगर रखी खोता है तेरे घर बौरी समाणी जो कोई नहीं। मैनू बोलियां ना मार जिवें मेरी शक्ल सूरत सोहनी है ना मैं मस्कान ना राल जावां ते दिहाड़ी दबावे चार मजबूत बन लवां। चुप कर रही चुप कर गणियां गल्लां ना कर असि खानदानी लोग हैं चार दीवारी च रखण वाले लोग हैं तू ते अग्गे आनी है मैनू आजादी देवण मेरे गाल च पटा कटण मैं उड़ा ते फिरा। वाह वे रांदा खानदानियां नु मैं तेरे चार दीवारी नु आग लावां ने अंदर जोगे तेरे को पैसे नहीं निकले जित तू पैर रखे लोकां दा नरमा सड़ जांदा वे सड़े पैरां वाले आके अब बाद किस्मत है या अब भोरे आके। अच्छा ये तू एडी कर्मा वाली होवे आ तो ना सड़न देवे आ नरमा आंदन औरत दे मुकद्दर हुंदा है मुकद्दर औरत दा हुंदा है हुण तेरा मुकद्दर अल्लाह जाने केड़ा है जदों दी तू गल पाई है घर दे विच बख बाहर लांता हुण चुप करू मैं के नहीं जेड़े कमी आया है को तो कम करन दो इत्थे कंजर खाना खिलार के बाए गए ने। ये लड़ना ही नहीं ते दे घर लड़ो मेरे घर ना लड़ो जिथे लड़ाई आंदी उथे घड़िया दे पानी सुक जांदे ने क्यों लड़ के मेरे दो डंगरां दा सिर लाऊ ने। मस्कान पुत्र मेरी गल सुन असि जाऊंगा शादी ते तो न्योंदरा जोगे पैसे कोई नहीं 5,000 रुपया दे चाह ते एक महीने बाद तू 5,000 रुपया ला लवी। आ जेड़ी मेम ना लई वंदे ने 10,000 दे ने फ्राक पाई ते 5,000 दे ने झुमके पाए होए ने ते एक चीज पा लवे ते दूजी ना पावे ते जाके न्योंदरा पा लवो वा मैं तो आप गरीब हां नाच के आदा गुजारा मसे करना गुजारा ना दे सकना ते दे गल्लां ता ना सुना गल्लां सोना काले मुंह वालेया जिदे तेरा पैर ओदे ही खैर ते तैनू मैं आख्या कोई होली जे गरीबनी जी को सवाणी लै ला भावे आ दे बिलादरी च पूरा हो ते भावे दे फैशन कर। ओए अम्मा ए तेरा बेली आ मेरा आदमी उच निकल गया कोई ये ने तेरा जानन वाला वाकिफ था इने दो कुछ के जवाब दिता चल मेरे नाल मैं आ दे किसे यार को ते लेके जासा खले पैर ते जो कुछ भी होया अई हाजिर कर दे से आ जा। ओ तू ओना दी रोटी करती जावणी ते तो बंदे आ जाऊं दे रमणा ਆ ਸਾਮਾਨ ਹੈ ਜਿਹੜਾ ਬੰਦਾ ਖਲੋਤਾ ਬਾਵਣਾ ਜਿਆ ਐ ਲੱਗਦਾ ਜਿਵੇਂ ਗੱਟੂ ਨੂੰ ਰੱਤਾਂ ਲੱਗੀਆਂ ਹੋਈਆਂ ਇਹਦੇ ਲੈ ਜਾਂਦੇ ਪਏ ਮੇਰਾ ਯਾਰ ਹੈ ਯਾਰ ਲੈ ਇਨਕਾਰ ਨਹੀਂ ਕਰੇਗਾ ਐ ਨਾ
खून मंगिए ते खून काट के या गुठली ते रख दे सी अक्सी आइला और चुप करके आवी ओथे ने मुंह मारी ओथे तू भी ना मुंह मारी ते मुंह बंद रखी जे इंदा मुंह बंद रहया ते मेरा भी मुंह बंद रख जे इंदा मुंह खुलिया ते मन मेरा ते घणा ही खुलता तू पहले गल की ते फिर मैं कौन तने बख्शना अगा ठोर ती चुप करो नी चुप करके ब्याह देवे ही ना दे अस्सलाम वालेकुम वालेकुम ओ मेरा यार डिबरी तेन आख्या ना माई है गल्लां करनी है तू सुन मेरा खून भी आ दे रे चल अपना काम करे ओ काम दा डिबरी शादी ते जांदे पए है ते चार पांच हजार रुपये की लोड़ है शरीकां दी शादी ते अजो है ते महीने ते तेन पैसे दे चलो आपा घर रह के बैठे रहे है ओदा तू गुंगा है ओदा मेरे को 1.5 लाख रुपया है मैं अजो नमाज ला के मान बैठा नहीं चलो हुन तक कोई दे चा 5000 रुपया और भाई मेरे को कोई नहीं आ यार तेरी चोन चांदी दे हैं ए मैं दे चा तो थमे सुनारे नु दे के ते पैसे ले लईसा सुनारे नु ते चलो अपना काम हो जी मेरे कांटियां ते गल लाई खलोतियां ते मैं शादी ते जांदी नहीं है मैं ता आ घरे पे जांदी हां उस टाइम तू ही उतावली होई खलोती है सब तू गाना तैनु चा चढ़या खलोता बे जावना शादी ते अम्मा सांप भी मर गए तो लाठी भी बच गई है आजा चलिए घरे चंगा मेहरबानी तेरी मियां ठीक है जी तू गुजरात का गुंडा बनया नहीं तो पल्ला शायक आए ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।